ਹੈਲੋ, ਸਤਿ ਸ਼੍ਰੀ ਅਕਾਲ ਜੀ ਸਾਰੇ ਵਿਊਜ਼ ਨੂੰ, ਐਂਡ ਵੈਲਕਮ ਟੂ ਮਾਈ ਚੈਨਲ ਮਿਊਜ਼ਿਕ ਗੁਰੂ। ਅਤੇ ਗਾਈਜ਼, ਅੱਜ ਆਪਾਂ ਸੌਂਗ ਕਰਾਂਗੇ ਕੋਈ ਫਰਿਆਦ। ਜਗਜੀਤ ਸਿੰਘ ਜੀ ਨੇ ਸੌਂਗ ਗਾਇਆ ਜੀ, ਬਹੁਤ ਹੀ ਸੋਹਣਾ, ਬਹੁਤ ਹੀ ਪਿਆਰਾ ਸੌਂਗ ਹੈ। ਅਤੇ ਅੱਜ ਦੇਖਦੇ ਹਾਂ ਇਹਨੂੰ ਹਾਰਮੋਨੀਅਮ 'ਤੇ ਕਿੱਦਾਂ ਪਲੇ ਕਰਨਾ ਆਪਾਂ, ਠੀਕ ਹੈ। ਬਿਲਕੁਲ ਸਿੰਪਲ ਤਰੀਕੇ ਨਾਲ ਸਮਝਾਊਂਗਾ, ਜਿੱਦਾਂ ਮੈਂ ਹਰੇਕ ਵੀਡੀਓ ਵਿੱਚ ਤੁਹਾਨੂੰ ਆਪਦੀ ਦੱਸਦਾ ਹੁੰਦਾ। ਸੋ ਜਿਨ੍ਹਾਂ ਨੇ ਹਾਲੇ ਤੱਕ ਚੈਨਲ ਨਹੀਂ ਸਬਸਕ੍ਰਾਈਬ ਕੀਤਾ, ਸੋ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ, ਠੀਕ ਹੈ। ਅਤੇ ਨੈਕਸਟ ਆਪਾਂ ਦੇਖਦੇ ਹਾਂ ਕਿਵੇਂ ਪਲੇ ਕਰਨਾ ਹੈਗਾ ਨਾ। ਹੁਣ ਮੈਂ ਪਹਿਲਾਂ ਤੁਹਾਨੂੰ ਇੱਕ ਵਾਰੀ ਸਿੰਪਲ ਵਜਾ ਕੇ ਦੱਸੂੰਗਾ, ਠੀਕ ਹੈ ਜੀ। ਉਸ ਤੋਂ ਬਾਅਦ ਬਿਲਕੁਲ ਸਿੰਪਲ ਤਰੀਕੇ ਨਾਲ ਇੱਕ ਫਿੰਗਰ ਨਾਲ ਸਮਝਾਊਂਗਾ ਸਟੈਪ ਬਾਈ ਸਟੈਪ ਕਿ ਇਹ ਗਾਣਾ ਕਿੱਦਾਂ ਪਲੇ ਹੋਣਾ, ਠੀਕ ਹੈ ਜੀ। ਪਹਿਲਾਂ ਇੱਕ ਵਾਰੀ ਸਿੰਪਲ ਦੇਖ ਲਓ ਓਵਰਵਿਊ ਵੀ ਕਿੱਦਾਂ ਇਹ ਪਲੇ ਹੋ ਰਿਹਾ। ਇਹਦੀ ਸਟਾਰਟਿੰਗ ਹੈ, ਬਟ ਆਪਾਂ ਕੀ ਕਰਾਂਗੇ, ਸਟਾਰਟਿੰਗ ਮੈਂ ਤੁਹਾਨੂੰ ਇੱਕ ਫਿੰਗਰ ਨਾਲ ਵੈਸੇ ਦੱਸ ਦਿੰਦਾ। ਸੌਂਗ ਦੇਖੋ ਕਿੱਥੋਂ, ਇਹਦੇ ਲਿਰਿਕਸ ਦੇਖੋ ਕਿੱਥੋਂ ਸਟਾਰਟ ਹੁੰਦੇ ਆ। ਕੋਈ ਫਰਿਆਦ ਤੇਰੇ ਦਿਲ ਦਬੀ ਹੋ ਜੈਸੇ, ਕੋਈ ਫਰਿਆਦ ਤੇਰੇ ਦਿਲ ਦਬੀ ਹੋ ਜੈਸੇ, ਤੂਨੇ ਆਖਾਂ ਸੇ ਕੋਈ ਬਾਤ ਕਹੀ ਹੋ ਜਾਨ ਬਾਕੀ ਹੈ ਮਗਰ ਸਾਸ ਰੁਕੀ ਹੋ ਠੀਕ ਹੈ ਜੀ। ਇਹ ਤੁਹਾਨੂੰ ਇੱਕ ਵਾਰੀ ਮੈਂ ਸਿੰਪਲ ਓਵਰਵਿਊ ਦਿੱਤਾ ਕਿ ਇਹ ਗਾਣਾ ਇੱਦਾਂ ਪਲੇ ਹੋਇਆ, ਠੀਕ ਹੈ। ਸੋ ਇਸੇ ਸੇਮ ਸਕੇਲ 'ਤੇ ਮੈਂ ਤੁਹਾਨੂੰ ਹੁਣ ਇੱਕ ਫਿੰਗਰ ਨਾਲ ਦੱਸੂੰਗਾ ਕਿੱਦਾਂ ਪਲੇ ਹੋਣਾ, ਬਿਲਕੁਲ ਈਜ਼ੀ ਵੇ 'ਚ, ਠੀਕ ਹੈ ਜੀ। ਸੋ ਟਿਊਟੋਰੀਅਲ ਨੂੰ ਪੂਰਾ ਦੇਖਿਓ, ਉਸ ਤੋਂ ਬਾਅਦ ਮੈਂ ਤੁਹਾਨੂੰ ਨੈਕਸਟ ਪੈਰਾ ਵੀ ਇਹਦਾ ਦੱਸੂੰਗਾ, ਠੀਕ ਹੈ ਜੀ, ਹਰ ਮੁਲਾਕਾਤ ਵਾਲਾ, ਉਹ ਵੀ ਮੈਂ ਤੁਹਾਨੂੰ ਸਾਰਾ ਸਮਝਾਊਂਗਾ। ਸੋ ਸਟੈਪ ਬਾਈ ਸਟੈਪ ਗਾਣਾ ਸਿੱਖਿਓ ਸ਼ੁਰੂ ਤੋਂ ਲੈ ਕੇ ਐਂਡ ਤੱਕ, ਠੀਕ ਹੈ। ਕਾਹਲੀ ਨਾ ਕੋਈ ਵੀ ਕਰਿਓ, ਜਿਹਨੂੰ ਮਾੜਾ ਮੋਟਾ ਇਹ ਆਉਂਦਾ ਉਹ ਵੀਡੀਓ ਨੂੰ ਥੋੜ੍ਹਾ ਜਿਹਾ ਫਾਸਟ ਕਰਕੇ ਦੇਖ ਸਕਦਾ, ਠੀਕ ਹੈ ਜੀ। ਸੋ ਆ ਜਾਓ ਆਪਾਂ ਦੇਖਦੇ ਹਾਂ ਕਿਵੇਂ ਹੁਣ ਸਟਾਰਟ ਹੋਣਾ ਗਾਣਾ। ਸਾ ਤੋਂ ਸਟਾਰਟ ਕਰਨਾ ਜੀ ਆਪਾਂ, ਇਹਨੂੰ ਆਪਾਂ ਸਾ ਕਹਿੰਦੇ ਹਾਂ, ਠੀਕ ਹੈ। ਮੰਦਰ ਸਪਤਕ ਦਾ ਦੁਬਾਰਾ ਦੇਖੋ ਕਿੱਦਾਂ ਪਲੇ ਹੋਣਾ। ਦਬੀ ਹੋ ਜੈ
ਜਦੋਂ ਥੋੜ੍ਹਾ ਜਿਹਾ ਫਾਸਟ ਪਲੇ ਕਰੋਗੇ ਨਾ ਜੀ, ਉਦੋਂ ਆਵਾਜ਼ ਥੋੜ੍ਹੀ ਜਿਹੀ ਨਾਲ ਰਲ ਜੂਗੀ ਮੇਰੀ। ਹੁਣ ਥੋੜ੍ਹੀ ਬਹੁਤ ਅੱਗੇ ਪਿੱਛੇ ਹੋ ਰਹੀ ਆ। ਜਾਨ ਬਾਕੀ ਹੈ ਮਗਰ ਸਾਂਸ ਰੁਕੀ ਹੋ ਜੈਸੇ। ਇਹਦਾ ਨੈਕਸਟ ਪੈਰਾ ਦੇਖੋ ਉਹ ਕਿੱਦਾਂ ਪਲੇ ਹੋਣਾ। ਹਰ ਮੁਲਾਕਾਤ ਪੇ ਮਹਿਸੂਸ ਯਹੀ ਹੋਤਾ ਹੈ। ਹਰ ਮੁਲਾਕਾਤ ਪੇ ਮਹਿਸੂਸ ਯਹੀ ਹੋਤਾ ਹੈ। ਕੁਛ ਤੇਰੀ ਨਜ਼ਰ ਪੁੱਛ ਰਹੀ ਹੋ ਜੈਸੇ। ਕੁਛ ਤੇਰੀ ਨਜ਼ਰ ਪੁੱਛ ਰਹੀ ਹੋ ਜੈਸੇ। ਉਹਨੇ ਦੇਖੋ ਇੱਕ ਫਿੰਗਰ ਨਾਲ ਕਿਵੇਂ ਪਲੇ ਹੋਣਾ। ਹਰ ਮੁਲਾਕਾਤ ਮਹਿਸੂਸ ਯਹੀ ਹੋਤਾ ਮੁਝਸੇ ਕੁਛ ਤੇਰੀ ਨਜ਼ਰ ਪੁੱਛ ਰਹੀ ਕੁਛ ਤੇਰੀ ਨਜ਼ਰ ਪੁੱਛ ਰਹੀ ਹੋ ਜੈਸੇ। ਠੀਕ ਹੈ ਜੀ, ਥੋੜ੍ਹਾ ਜਿਹਾ ਟ੍ਰਿਕੀ ਪਾਰਟ ਕੀ ਹੈ ਜਦੋਂ ਆਪਾਂ ਇੱਥੋਂ ਇੱਕੋਦਮ ਤੇਜ਼ ਕਰਕੇ ਲੈ ਕੇ ਜਾਂਦੇ ਹਾਂ। ਮੁਝਸੇ ਕੁਛ ਤੇਰੀ ਨਜ਼ਰ ਪੁੱਛ ਰਹੀ ਹੋ ਰਹੀ ਹੋ ਜੈਸੇ। ਠੀਕ ਹੈ ਜੀ, ਥੋੜ੍ਹਾ ਜਿਹਾ ਔਖਾ ਲੱਗੂਗਾ ਜਿਹਨਾਂ ਨੇ ਬਿਲਕੁਲ ਵੀ ਨਹੀਂ ਪਲੇ ਕੀਤਾ ਇਸ ਵਕਤ। ਠੀਕ ਹੈ, ਸੋ ਬਿਲਕੁਲ ਹੌਲੀ ਤਰੀਕੇ ਨਾਲ ਵੈਸੇ ਮੈਂ ਤੁਹਾਨੂੰ ਸਮਝਾਇਆ, ਜੇ ਹੋਰ ਵੀ ਹੌਲੀ ਵੀਡੀਓ ਯੂਟਿਊਬ 'ਚ ਆਪਸ਼ਨ ਹੈ, ਵੀਡੀਓ ਹੋਰ ਵੀ ਹੌਲੀ ਕਰਕੇ ਦੇਖ ਲਿਓ। ਠੀਕ ਹੈ ਜੀ, ਸੋ ਇਹ ਪੈਰਾ ਇੱਦਾਂ ਪਏ ਹੋਣਾ ਸੀਗਾ। ਕੋਈ ਫਰਿਆਦ ਤੇਰੇ ਦਿਲ ਮੇਂ ਦਬੀ ਹੋ ਜੈਸੇ। ਰਾਹ ਚਲਤੇ ਹੋਏ ਅਕਸਰ ਯੇ ਗੁਮਾਂ ਅਕਸਰ ਯੇ ਗੁਮਾਂ।
ਠੀਕ ਹੈ ਜੀ, ਇਹ ਤੁਹਾਨੂੰ ਸਾਰਾ ਸੌਂਗ ਦੱਸਤਾ, ਰਹਿ ਕੀ ਗਿਆ ਹੁਣ ਦੇਖੋ ਜਿਹੜਾ ਇਹਦਾ ਸਭ ਤੋਂ ਮੇਨ ਪਾਰਟ ਹੈ, ਸਟਾਰਟਿੰਗ ਪਾਰਟ ਹੈ, ਜਿਹੜਾ ਜਿਹੜੀ ਸਟਾਰਟਿੰਗ 'ਚ ਟਿਊਨ ਵੱਜਦੀ ਆ ਉਹ ਦੇਖੋ ਹੁਣ ਕਿਵੇਂ ਪਲੇ ਹੋਣੀ ਆ। ਠੀਕ ਹੈ ਜੀ, ਇਹ ਦੇਖੋ ਕਿੱਦਾਂ ਪਲੇ ਹੋਣੀ ਆ, ਇੱਕ ਵਾਰੀ ਫਿਰ ਮੈਂ ਤੁਹਾਨੂੰ ਸਿੰਪਲ ਵਜਾ ਕੇ ਦੱਸਦਾ। ਪਹਿਲਾਂ ਦੇਖੋ ਇੱਕ ਵਾਰੀ ਦੁਬਾਰਾ ਫਿਰ, ਹੁਣ ਇੱਕ ਫਿੰਗਰ ਨਾਲ ਦੇਖੋ ਕਿੱਦਾਂ ਪਲੇ ਹੋਣੀ ਆ। ਦੁਬਾਰਾ ਫਿਰ ਇਹੀ, ਠੀਕ ਹੈ ਜੀ। ਉਸ ਤੋਂ ਬਾਅਦ ਸੌਂਗ ਸਟਾਰਟ ਹੋਊਗਾ। ਠੀਕ ਹੈ ਜੀ, ਸੋ ਇੱਦਾਂ ਹੀ ਸੀਗਾ ਇਹ ਸਾਰਾ ਸੌਂਗ। ਜਿਨ੍ਹਾਂ ਨੂੰ ਵੀਡੀਓ ਵਧੀਆ ਲੱਗੇ ਦੈਨ ਪਲੀਜ਼ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਓ, ਐਂਡ ਜਿਨ੍ਹਾਂ ਨੇ ਹਾਲੇ ਤੱਕ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਸੋ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ। ਥੈਂਕ ਯੂ।